ਜੇ ਕੋਈ ਤੁਹਾਡੇ ਪਿੰਡ ਵਿੱਚ ਗ੍ਰੰਥੀ ਗੁਰਬਾਣੀ ਦੀ ਕਥਾ ਕਰਨ ਵਾਲਾ ਆ ਜਾਂਦਾ ਹੈ ਉਹ ਸਵੇਰੇ ਉੱਠ ਕੇ ਜਦੋਂ ਸਟੇਜ ਤੇ ਕਹਿੰਦਾ ਨਾ ਜੀ ਸੁਣਿਓ ਭੈਣਾ ਵੀ ਸੁਣਿਓ ਵੀਰ ਵੀ ਸੁਣਿਓ ਅੱਜ ਮੈਨੂੰ ਗ੍ਰੰਥੀ ਸਿੰਘ ਮਿਲੇ ਸੀ ਇੱਕ ਉਹਨਾਂ ਨਾਲ ਗੱਲ ਹੋ ਰਹੀ ਸੀ ਕਹਿੰਦੇ ਜਦੋਂ ਗੁਰਬਾਣੀ ਦੀ ਕਥਾ ਕਰਨ ਲੱਗੇ ਆ ਬਸ ਉਦਣ ਦਾ ਕਸ਼ਹਿਰਾ ਤੌਲੀਆ ਹੱਥ ਜੀ ਹੈ ਬਸ ਜਦੋਂ ਕਥਾ ਕਰਦਾ ਉਹਦੀ ਕੱਢ ਦਿੰਦੇ ਨੇ ਵੀ ਤੂੰ ਚੱਲੋ ਬਾਬਾ ਬਾੜੀਆਂ ਗੱਲਾਂ ਨਾ ਮਾਰਿਆ ਕਰ ਜਦੋਂ ਵੀ ਕਥਾ ਕਰਦਾ ਬਸ ਉੱਥੇ ਹੀ ਪੰਗਾ ਪੈ ਜਾਂਦਾ ਇਹ ਗੱਲ ਪੱਕੀ ਹੈ ਜਿਹੜਾ ਜਿਹੜਾ ਪੁਲਿਸ ਆਫੀਸਰ ਰਿਸ਼ਵਤ ਨਹੀਂ ਲੈਂਦਾ ਨਾ ਉਹ ਪੰਜਾਬ ਦੇ ਸਾਰੇ ਥਾਣੇ ਵੇਖ ਆਉਂਦਾ ਉਹਦੀ ਬਦਲੀ ਹੁੰਦੀ ਹੋਈ ਰਹਿੰਦੀ ਹੈ ਆਖੋ ਸਤਨਾਮ ਜਿਹੜਾ ਰਿਸ਼ਵਤ ਨਾ ਲਵੇ ਜਿਹੜਾ ਥਾਣੇਦਾਰ ਸੱਚ ਤੇ ਚੱਲੂ ਐਸ ਐਚ ਓ ਕੋਈ ਹੋਵੇ ਐਸਪੀ ਹੋਵੇ ਕੋਈ ਹੋਵੇ ਜਿਹੜਾ ਬੰਦਾ ਐ ਪੱਕਾ ਹੋਵੇ ਤੁਸੀਂ ਵੇਖਿਓ ਫਿਰ ਉਹਨੂੰ ਇਹੋ ਜਿਹੇ ਥਾਂ ਤੇ ਸਿੱਟਣਗੇ ਵੀ ਜਿਹੜਾ ਇਹਨਾਂ ਦੇ ਆਖੇ 'ਚ ਚੱਲਦਾ ਰਿਸ਼ਵਤ ਲੈਣ ਵਾਲੇ ਨੂੰ ਇਦਾਂ ਆਪਾਂ ਵੀ ਇਦਾਂ ਕਹਿੰਦੇ ਆ ਯਾਰ ਬੰਦਾ ਹੋਰ ਹੀ ਆ ਗਿਆ ਆਪਣੇ ਇਲਾਕੇ 'ਚ ਕਈ ਵਾਰੀ ਗਏ ਆ ਕੰਮ ਸੁਣਦਾ ਹੀ ਨਹੀਂ ਕਿਸੇ ਦੀ ਸਿਫਾਰਿਸ਼ ਨਹੀਂ ਕਿਸੇ ਦੀ ਮੰਨਦਾ ਮੈਂ ਕਿਹਾ ਚੱਲ 10,000 ਰੁਪਈਆ ਲੈ ਕੇ ਕੰਮ ਕਰਦੇ ਕਰਦਾ ਹੀ ਨਹੀਂ ਬੰਦਾ ਹੀ ਬਹੁਤ ਵਿਗੜਿਆ ਹੋਇਆ ਲੈ ਉਹਨੂੰ ਵਿਗੜਿਆ ਹੋਇਆ ਦੱਸਦੇ ਆ ਕਿਉਂਕਿ ਕਰਪਸ਼ਨ ਇੰਨੀ ਜ਼ਿਆਦਾ ਹੋ ਗਈ ਗੰਦ ਇੰਨਾ ਜ਼ਿਆਦਾ ਪੈ ਚੁੱਕਿਆ ਹੈ ਕਿ ਇੱਕ ਬੰਦਾ ਚੰਗਾ ਉਹ ਸਗੋਂ ਉਲਟ ਹੋ ਗਈ ਨਾ ਗੱਲ ਜਿਵੇਂ ਕਈ ਵਾਰੀ ਕਹੀਦਾ ਹੁੰਦਾ ਨਾ ਵੀ ਮੀਂਹ ਪਿਆ ਨਾ ਐਗਜ਼ੈਂਪਲ ਹੈ ਸਮਝਾਉਣ ਲਈ ਮੀਂਹ ਨਾ ਪਿਆ ਤੇ ਰਾਜਾ ਕਹਿੰਦਾ ਹੈ ਬਾਦਸ਼ਾਹ ਕਹਿੰਦਾ ਹੈ ਇੱਕ ਬਾਬੇ ਨੂੰ ਕਹਿੰਦੇ ਬਾਬਾ ਜੀ ਮੀਂਹ ਕਿਵੇਂ ਪਊ ਬਾਬਾ ਕਹਿੰਦਾ ਮੀਂਹ ਤੇ ਪੈ ਜੂ ਪਰ ਜਿਹੜਾ ਮੀਂਹ ਵਾਲਾ ਪਾਣੀ ਪੀਊ ਪਾਗਲ ਹੋ ਜਾਏਗਾ ਤੇ ਬਾਬਾ ਕਹਿੰਦਾ ਫਿਰ ਇਦਾਂ ਹੁਣ ਕਿਵੇਂ ਸਰੂ ਵੀ ਮੀਂਹ ਤੇ ਪੈਣਾ ਚਾਹੀਦਾ ਹੈ ਐਗਜ਼ੈਂਪਲ ਹੈ ਬਾਬਿਆਂ ਦੇ ਕਹਿਣ ਤੇ ਇਦਾਂ ਮੀਂਹ ਨਹੀਂ ਪੈਂਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਜੇ ਬਾਬਿਆਂ ਦੇ ਵਸ ਹੋਵੇ ਤੇ ਡੋਬ ਕੇ ਮਾਰ ਦੇਣ ਸਾਨੂੰ ਜਿੱਥੇ ਇਹਨਾਂ ਦੀ ਚੱਲਦੀ ਨਹੀਂ ਮੀਂਹ ਪਵਾ ਕੇ ਬੇੜਾ ਗਰਕ ਕਰ ਦੇਣ ਇਹਨਾਂ ਦੇ ਵਸ ਨਹੀਂ ਕੁਛ ਇਹ ਪਵਾ ਨਹੀਂ ਸਕਦੇ ਹਟਾ ਨਹੀਂ ਸਕਦੇ ਤੇ ਮਾਲਕ ਦੀ ਮਰਜ਼ੀ ਹੈ ਪਰਮਾਤਮਾ ਦੇ ਹੱਥ ਹੈ ਪਰਮਾਤਮਾ ਦੇ ਹੱਥ ਹੈ ਨਾ ਹੀ ਇੰਦਰ ਪਾਉਂਦਾ ਅਸੀਂ ਇੰਦਰ ਨੂੰ ਮੰਨਦੇ ਨਹੀਂ ਸਾਡੀਆਂ ਸਾਡੇ ਕਿ ਮੀਂਹ ਨਹੀਂ ਪੈਂਦਾ ਕੋਈ ਦੇਵਤਾ ਨਹੀਂ ਪਾਉਂਦਾ ਪਰਮਾਤਮਾ ਪਾਉਂਦਾ ਹੈ ਜੇ ਇੰਦਰ ਦੇ ਵਸ ਹੋਵੇ ਕਈ ਬੰਦੇ ਲੱਗ ਨਹੀਂ ਜਾਂਦੇ ਆ ਮੀਂਹ ਹੁਣ ਗਾਂ ਸਿਆ ਜਦੋਂ ਗਰਮੀ ਆਉਣੀ ਹੈ ਵੀ ਲਓ ਵੀ ਇੰਦਰ ਨੂੰ ਖੁਸ਼ ਕਰ ਲਓ ਲੈ ਇੰਦਰ ਨੂੰ ਖੁਸ਼ ਕਰਕੇ ਕੀ ਲਏਗਾ ਇੰਦਰ ਤੇ ਕਹਿੰਦੇ ਉਹਦੇ ਘਰ ਜਾ ਵੜਿਆ ਸੀ ਰਿਸ਼ੀ ਦੇ ਗੌਤਮ ਦੇ ਲੈ ਵੇਖ ਲਓ ਤੁਸੀਂ ਨਾਲੇ ਕਹਿੰਦੇ ਬਲਾਤਕਾਰੀ ਨਾਲੇ ਦੇਵਤਾ ਆਖੋ ਸਤਨਾਮ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੈ ਇਹਨਾਂ ਦੀਆਂ ਇਹ ਜਾਣਨ ਸਾਨੂੰ ਨਹੀਂ ਪਤਾ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੈ ਵੀ ਚੱਲਿਆ ਗਿਆ ਸੀ ਚੰਦਰਮਾ ਕਹਿੰਦੇ ਮੁਰਗਾ ਬਣ ਕੇ ਆ ਗਿਆ ਉਹਨੇ ਪਹਿਲਾਂ ਹੀ ਵਾਂਗ ਦੇ ਦਿੱਤੀ ਲੈ ਇਹੋ ਜਿਹੀਆਂ ਗੱਲਾਂ ਸੁਣੀ ਜਾਂ ਅੱਜ ਤੱਕ ਵਾਂਗ ਦੇ ਦਿੱਤੀ ਕਹਿੰਦੇ ਫਿਰ ਉਹ ਇਦਾਂ ਹੋ ਗਿਆ ਫਿਰ ਮਾਰਿਆ ਪਰਨਾ ਕਹਿੰਦੇ ਜਿਹੜਾ ਦਾਗ ਪਿਆ ਨਾ ਕਹਿੰਦੇ ਇਹ ਕਹਿੰਦੇ ਬਸ ਉਹਦਾ ਹੀ ਹੈ ਦਾਗ ਪਿਆ ਚੰਦਰਮਾ ਦੇ ਇਹੋ ਜਿਹੇ ਗੱਪ ਸੁਣਾਈ ਜਾਂਦੇ ਆਪਾਂ ਸੁਣੀ ਜਾਂਦੇ ਜਿਹੜਾ ਹੈ ਹੀ ਕਿਸੇ ਗੌਤਮ ਰਿਸ਼ੀ ਦੇ ਘਰ ਜਾ ਕੇ ਚਲਿਆ ਜਾਂਦਾ ਹੈ ਉਹ ਕਿੱਧਰ ਦਾ ਦੇਵਤਾ ਕਿੱਧਰੋਂ ਹੋ ਗਿਆ ਫਿਰ ਸਾਡੇ ਤੇ ਆਮ ਇਹਦਾ ਵੀ ਮੀਂਹ ਪੈ ਲਾ ਲਓ ਇੰਦਰ ਨੂੰ ਖੁਸ਼ ਕਰ ਲਓ ਅਸੀਂ ਕੀ ਲੈਣਾ ਖੁਸ਼ ਕਰਕੇ ਇਹਨੂੰ ਬਲਾਤਕਾਰੀ ਨੂੰ ਅਸੀਂ ਕੀ ਲੈਣਾ ਖੁਸ਼ ਕਰਕੇ ਜਿਹੜਾ ਕਿਸੇ ਦੇ ਘਰ ਜਾ ਕੇ ਸੰਨ ਲਾਉਂਦਾ ਸਾਡਾ ਕੀ ਲੱਗਦਾ ਉਹ ਤੇ ਕੀ ਸਾਡੇ ਖੇਤਾਂ 'ਚ ਮੀਂਹ ਨਹੀਂ ਪੈਂਦਾ ਇਹ ਪਰਮੇਸ਼ਰ ਦੇ ਹੱਥ ਹੈ ਕਿੰਨੇ ਬੰਦੇ ਹੋ ਜਿਹੜੇ ਲਕਸ਼ਮੀ ਦੀ ਪੂਜਾ ਕਰਦੇ ਹੋ ਕਿੰਨਿਆਂ ਦੇ ਘਰ ਵਿੱਚ ਫੋਟੋਆਂ ਲੱਗੀਆਂ ਨੇ ਆਪਾਂ ਨੂੰ ਕੋਈ ਨਹੀਂ ਪਤਾ ਮਿਹਨਤੀਆਂ ਦੇ ਲਕਸ਼ਮੀ ਮਗਰ ਮਗਰ ਫਿਰਦੀ ਹੈ ਪੂਜਣ ਵਾਲਿਆਂ ਨੂੰ ਨਹੀਂ ਮਿਲਦੀ ਆਖੋ ਸਤਨਾਮ ਨਾਲੇ ਮਾਇਆ ਦੇ ਪੁਜਾਰੀ ਚੰਗੇ ਨਹੀਂ ਹੁੰਦੇ ਰੱਬ ਦੇ ਪੁਜਾਰੀ ਬਣਨਾ ਚਾਹੀਦਾ ਹੈ ਮਾਇਆ ਦੇ ਪੁਜਾਰੀ ਬਣ ਕੇ ਕੀ ਕਰਾਂਗੇ ਉਹ ਬਾਬੇ ਨੂੰ ਕਹਿੰਦੇ ਬਾਬਾ ਜੀ ਮੀਂਹ ਪੈ ਜੂ ਕਹਿੰਦੇ ਪੈ ਜੂ ਭਾਈ ਕਿਵੇਂ ਕਹਿੰਦੇ ਜਿਹੜਾ ਮੀਂਹ ਵਾਲਾ ਪਾਣੀ ਪੀਊ ਪਾਗਲ ਹੋ ਜੂ ਉਸ ਵੇਲੇ ਫਿਰ ਉਹਦੇ ਵਜ਼ੀਰ ਨੂੰ ਬੁਲਾਇਆ ਕਹਿੰਦੇ ਕੀ ਕਰੀਏ ਇਹ ਕਹਿੰਦੇ ਮੀਂਹ ਵਾਲਾ ਪਾਣੀ ਪੀਏ ਪਾਗਲ ਹੋ ਜੂ ਵਜ਼ੀਰ ਆਖਣ ਲੱਗਾ ਆਪਾਂ ਦੋਵੇਂ ਨਾ ਪੀਆਂਗੇ ਮੀਂਹ ਪੈ ਜਾਣ ਦਿਓ ਲੋੜ ਬਹੁਤ ਹੈ ਆਪਾਂ ਦੋਨੇ ਆਪਣਾ ਪ੍ਰਬੰਧ ਕਰ ਲਾਂਗੇ ਤੁਸੀਂ ਇਹਨਾਂ ਵਾਸਤੇ ਨਾਲੇ ਇਹ ਤੇ ਪਾਗਲ ਹੋ ਜਾਣ ਚੰਗਾ ਹੀ ਹੈ ਸਾਡੇ ਵਾਲਿਆਂ ਤੋਂ ਮੀਂਹ ਇਹੋ ਜਿਹਾ ਪੈਂਦਾ ਨਹੀਂ ਪਾਗਲ ਕੀ ਨਾ ਕਰ ਦੇਣ ਹੁਣ ਜਨਤਾ ਸਵਾਲ ਨਹੀਂ ਪੁੱਛਦੀ ਲੀਡਰਾਂ ਨੂੰ ਵੀ ਆਹ ਦੱਸ ਬਈ ਹੁਣ ਬੋਲ ਆਹ ਕਿਉਂ ਇਦਾਂ ਕਿਉਂ ਆਹ ਕਿਵੇਂ ਪੁੱਛਦੇ ਨੇ ਲੋਕ ਸਵਾਲ ਇਹਨਾਂ ਦੇ ਵਸ ਨਹੀਂ ਪਾਗਲ ਕੀ ਨਾ ਕਰ ਦੇਣ ਇਹ ਤੇ ਚਲੋ ਆ ਪ੍ਰਾਈਵੇਟ ਸਕੂਲ ਬਣ ਗਏ ਹੌਲੀ ਹੌਲੀ ਪੜ੍ਹਾਈਆਂ ਪੜ੍ਹਾਈਆਂ ਚੱਲ ਗਈਆਂ ਤੇ ਕਿਉਂ ਨਹੀਂ ਸਰਕਾਰੀ ਸਕੂਲਾਂ ਵਿੱਚ ਤਰੱਕੀ ਹੋ ਰਹੀ ਪਾਗਲ ਹੀ ਰਹਿਣ ਅਨਪੜ੍ਹ ਹੀ ਰਹਿਣ ਨਾ ਹੀ ਪੜ੍ਹਨ ਨਾ ਕੁਛ ਪਤਾ ਲੱਗੇ ਇਹ ਕਮਲੇ ਹੀ ਰਹਿਣ
ਸਮਝ ਇਹਨਾਂ ਨੂੰ ਆਵੇ ਹੀ ਨਾ, ਗਿਆਨ ਵਧੇ ਹੀ ਨਾ ਇਹਨਾਂ ਦਾ, ਇਹ ਚਾਹੁੰਦੇ ਹੀ ਇਹ ਨੇ, ਇਹ ਚਾਹੁੰਦੇ ਹੀ ਇਹ ਨੇ। ਹੁਣ ਉਹ ਮੀਂਹ ਪੈ ਗਿਆ, ਕਹਿੰਦੇ ਜਿਹੜਾ ਮੀਂਹ ਵਾਲਾ ਪਾਣੀ ਪੀਏ ਪਾਗਲ, ਪਾਗਲ ਬਹੁਤੇ ਹੋ ਗਏ, ਸਾਰੇ ਹੀ ਪਾਗਲ ਹੋ ਗਏ, ਦੋ ਸਿਆਣੇ ਰਹਿ ਗਏ। ਕਹਿੰਦੇ ਆਪਾਂ ਸਾਰੇ ਸਿਆਣੇ ਆ, ਦੋ ਨਹੀਂ ਸਾਡੀ ਬੰਦੇ। ਉਹਨਾਂ ਨੇ ਗੁਰਮਤਾ ਕਰ ਲਿਆ, ਇਕੱਠੇ ਹੋ ਗਏ ਉਹ ਆਪਸ 'ਚ ਗੱਲਾਂ ਕਰਨ, ਆਪਾਂ ਸਾਰੇ ਸਿਆਣੇ ਆ। ਕਹਿੰਦੇ ਆ ਦੋ ਵੱਖ ਨੇ ਆਪਣੇ ਨਾਲੋਂ, ਵੀ ਜਿਵੇਂ ਆਪਾਂ ਚੀਕਾਂ ਮਾਰਦੇ ਹਾਂ ਤੇ ਮਾਰਦੇ ਨਹੀਂ, ਜਿਵੇਂ ਆਪਾਂ ਵਾਲ ਪੱਟਦੇ ਹਾਂ ਤੇ ਪੱਟਦੇ ਨਹੀਂ, ਜਿਵੇਂ ਆਪਾਂ ਰੋੜੇ ਮਾਰਦੇ ਹਾਂ ਤੇ ਮਾਰਦੇ ਨਹੀਂ। ਕਹਿੰਦੇ ਆਪਾਂ ਸਾਰੇ ਸਿਆਣੇ ਆ, ਇਹ ਦੋ ਪਾਗਲ ਨੇ, ਫਿਰ ਕੀ ਕਰੀਏ? ਕਹਿੰਦੇ ਇਹਨਾਂ ਨੂੰ ਮਾਰੀਏ, ਆਪਾਂ ਕੁੱਟੀਏ ਇਹਨਾਂ ਨੂੰ ਇਕੱਠੇ ਹੋ ਕੇ। ਉਹ ਰਾਜੇ ਤੇ ਵਜ਼ੀਰ ਕੰਨੀ ਕਹਿੰਦੇ ਇਕੱਠੇ ਹੋ ਕੇ ਬਹਿ ਗਏ। ਰਾਜਾ ਕਹਿੰਦਾ ਵਜ਼ੀਰ ਸਾਹਿਬ ਹੁਣ ਕੀ ਕਰੀਏ, ਪੀਏ ਸਾਹਿਬ ਹੁਣ ਕੀ ਕਰੀਏ? ਤੇ ਫਿਰ ਉਹ ਰਾਜਾ ਜਿਹੜਾ ਸੀ, ਉਹ ਵਜ਼ੀਰ ਕਹਿੰਦਾ ਫਿਰ ਹੁਣ ਹੋਰ ਕੋਈ ਹੱਲ ਨਹੀਂ ਜੀ, ਹੁਣ ਆਪਾਂ ਵੀ ਮੀਂਹ ਵਾਲਾ ਪਾਣੀ ਪੀ ਲਓ, ਆਪਾਂ ਵੀ ਇਹਨਾਂ ਵਰਗੇ ਬਣ ਜਾਓ, ਹੋਰ ਹੁਣ ਹੱਲ ਕੀ ਹੈ? ਜਿਹੇ ਜੇ ਪਾਗਲ ਹੋਏ ਜੇ ਆਪਾਂ ਪਾਗਲ ਹੋ ਜਾਓ। ਅੱਜ ਹਾਲਾਤ ਇਹ ਬਣੇ ਪਏ ਆ, ਇੰਨਾ ਕਰਪਸ਼ਨ ਹੈ ਕਿ ਚੰਗਾ ਬੰਦਾ ਜਦੋਂ ਇਹਦੇ ਵਿੱਚ ਆ ਜਾਂਦਾ ਉਹ ਚੰਗਾ ਨਹੀਂ ਰਹਿੰਦਾ। ਉਹ ਕਹਿੰਦਾ ਯਾਰ ਜੇ ਨਹੀਂ ਉਹਦੀ ਰਿਸ਼ਵਤਾਂ ਲੈਂਦੇ, ਨਹੀਂ ਵੱਡਿਆਂ ਅਫਸਰਾਂ ਦੀਆਂ ਮੰਨਦੇ ਤੇ ਕੀ ਕਰੀਏ? ਉਹਦੀ ਤਬਾਦਲਾ ਕਰ ਦਿੰਦੇ ਨੇ, ਉਹਦੀ ਚੱਕ ਕੇ ਉਹ ਮਾਰਨਗੇ। ਮੈਂ ਧੂਰੀ ਇਲਾਕੇ ਦਾ, ਮੈਨੂੰ ਸਿੱਟਣਗੇ ਜਾ ਕੇ ਉਹ ਅੰਮ੍ਰਿਤਸਰ, ਮੈਂ ਉੱਥੋਂ ਰੋਜ਼ ਬੱਚਿਆਂ ਨੂੰ ਮਿਲਣ ਕਿਵੇਂ ਆਊ? ਜਿਵੇਂ ਕਹਿੰਦੇ ਨੇ ਹਾਂ 'ਚ ਹਾਂ ਮਲਾਈ ਚੱਲੋ ਆਖੋ ਸਤਨਾਮ। ਬੰਦੇ ਨੂੰ ਤੰਗ ਹੀ ਬਹੁਤ ਕਰਦੇ ਨੇ, ਸੱਚਾ ਬੰਦਾ ਜਦੋਂ ਤੁਰ ਪੈਂਦਾ ਤੰਗ ਹੀ ਬਹੁਤ ਕਰਦੇ ਐ। ਇਹ ਸਿਸਟਮ 'ਚ ਵੜ ਕੇ ਵੇਖੋ, ਪਤਾ ਫੇਰ ਲੱਗਦਾ, ਇੰਨਾ ਉਲਝ ਜਾਂਦਾ ਬੰਦਾ, ਉਹ ਅੱਕ ਕੇ ਕਹਿੰਦਾ ਚੱਲ ਯਾਰ ਜਿਹੋ ਜਿਹੇ ਤੁਸੀਂ ਉਹੋ ਜਿਹੇ ਮੈਂ ਬਣ ਜਾਂਦਾ। ਸਿਸਟਮ ਇੰਨਾ ਵਿਗੜਿਆ ਪਿਆ, ਇਹ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਹੌਲੀ 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 ਸਾਰਾ ਕੁਝ ਬਦਲੇ, ਚੇਂਜ ਹੋਵੇ, ਚੰਗੇ ਬੰਦੇ ਹੌਲੀ ਹੌਲੀ ਆ ਜਾਣ, ਸੱਚਿਆਂ ਦੀ ਵੀ ਸੁਣਵਾਈ ਹੋਣ ਲੱਗ ਜਾਏ, ਹੱਕ ਮਿਲਣ ਲੱਗ ਜਾਣੇ ਤੇ ਸਤਿਗੁਰੂ ਮਿਹਰ ਕਰਨ, ਹੌਲੀ ਹੌਲੀ ਕਿਰਪਾ ਹੋਵੇ। ਪਰ ਹਾਲਾਤ ਇਦਾਂ ਦੇ ਬਣੇ ਪਏ ਐ, ਜਿਹੜੀ ਗੱਲ ਉਹ ਇਮਾਨਦਾਰ ਆਫੀਸਰ ਨਾਲ ਬਣਦੀ ਹੈ ਉਹੀ ਅੱਜ ਚੰਗੇ ਗ੍ਰੰਥੀ ਨਾਲ ਬਣਦੀ ਹੈ। ਗੱਲ ਇਹ ਕਰ ਰਿਹਾ ਸੀ ਮੈਂ, ਜਿਹੜਾ ਗ੍ਰੰਥੀ ਪ੍ਰਧਾਨ ਜੀ, ਪ੍ਰਧਾਨ ਜੀ ਕਰੇ, ਪ੍ਰਧਾਨ ਜੀ ਦੇ ਕੁਰਸੀ ਤੇ ਬਹਿਣ ਤੋਂ ਪਹਿਲਾਂ ਪਹਿਲਾਂ ਚਾਹ ਦਾ ਕੱਪ ਲਿਆ ਕੇ ਹਾਜ਼ਰ ਕਰੇ, ਲਓ ਜੀ ਚਾਹ ਬਣਾ ਕੇ ਲਿਆਇਆ, ਆ ਚੱਕੋ ਚਾਹ ਦਾ ਕੱਪ ਪੀਓ, ਆ ਲਓ ਜੀ, ਸਾਫ਼ ਸਾਫ਼ ਕਰਦਾ ਫਿਰੇ। ਉਹ ਭਾਵੇਂ ਜਪਜੀ ਸਾਹਿਬ ਦੀ ਰਹਿਰਾਸ ਬਣਾ ਦੇ, ਰਹਿਰਾਸ ਦੀ ਜਪਜੀ ਸਾਹਿਬ ਬਣਾ ਦੇ, ਭਾਵੇਂ ਟੇਪ ਲਾ ਕੇ ਨਿਤਨੇਮ ਕਰ ਦੇਵੇ, ਉਹ ਗ੍ਰੰਥੀ ਨਹੀਂ ਨਿਕਲਦਾ। 50-50 ਸਾਲ ਉਸੇ ਗੁਰਦੁਆਰੇ 'ਚ ਹੀ ਰਹੇਗਾ, ਪੁੱਤ ਪੋਤੇ ਵੀ ਉੱਥੇ ਹੀ ਹੋ ਜਾਣਗੇ ਉਹਦੇ। ਕਹਿਣਗੇ ਬਾਬਾ ਤੈਨੂੰ ਨਹੀਂ ਕੱਢਣਾ ਗੁਰਦੁਆਰਾ, ਭਾਵੇਂ ਨਵਾਂ ਬਣਾਉਣਾ ਪੈ ਜਾਏ, ਜਿੱਥੇ ਤੂੰ ਨਵਾਂ ਬਣਾ ਲਾਂਗੇ ਆਪਾਂ ਪਰਵਾਹ ਨਾ ਮੰਨ ਤੂੰ ਤੇਰੇ ਸਾਡੇ ਨਾਲ, ਕਿਉਂਕਿ ਉਹ ਬੰਦਾ ਚਾਪਲੂਸ ਹੈ, ਇੱਥੇ ਜ਼ਮਾਨਾ ਹੀ ਚਾਪਲੂਸ ਤੇ ਲਿਫਾਫੇ ਵਾਲਿਆਂ ਦਾ। ਬਸ ਨੋਟ ਭਰ ਕੇ ਲਿਫਾਫੇ 'ਚ ਦੇ ਦਿਓ, ਲਿਫਾਫੇ ਵਾਲੇ ਦੀ ਚੱਲਦੀ ਹੈ ਜਾਂ ਫਿਰ ਚਾਪਲੂਸ ਬੰਦਿਆਂ ਦੀ ਚੱਲਦੀ ਹੈ, ਸੱਚੇ ਦੀ ਕੌਣ ਸੁਣਦਾ? ਪਰ ਸਿਆਣੇ ਹੋਵੋ, ਸਾਡਾ ਤੇ ਸਮਾਂ ਜਿਹੜਾ ਲੰਘ ਗਿਆ ਲੰਘ ਗਿਆ। ਸਾਡੇ ਦਾਦੇ ਪੜਦਾਦੇ ਸਾਨੂੰ ਕਹਿੰਦੇ ਟੇਕ ਕਬਰ ਤੇ ਮੱਥਾ ਮੈਂ ਟੇਕਦਾ ਸੀ, ਆ ਲੈ ਲੈ ਮਿੱਠੇ ਚੌਲ ਆਏ, ਆ ਲੈ ਬਿਲੇ ਵੀ ਆ, ਇਦਾਂ ਚੱਲਦਾ ਸੀ ਵੀ ਉੱਥੇ ਨੂੰ ਮੱਥਾ ਟੇਕ ਲੈ, ਉੱਥੇ ਟੇਕ ਲੈ, ਉਹਨੂੰ ਮੰਨ ਲੈ, ਉਹਨੂੰ ਮੰਨ ਲੈ, ਸੱਪ ਨੂੰ ਬਾਬਾ ਮੰਨ ਲੈ, ਆਪਾਂ ਤੇ ਕਰਦੇ ਰਹੇ ਹਾਂ। ਚੰਗੇ ਗ੍ਰੰਥੀ ਲਿਆਓ, ਪਿੰਡਾਂ ਦੇ ਵਿੱਚ ਤੁਹਾਡੇ ਬੱਚੇ ਨਾ ਇਦਾਂ ਭਟਕਦੇ ਰਹਿਣ, ਉਹ ਤੇ ਤਕੜੇ ਸਿਆਣੇ ਹੋਣ, ਅਕਲ ਵਾਲੇ ਹੋਣ, ਤੁਹਾਡੇ ਪੁੱਤ ਪੋਤੇ ਸਿਆਣੇ ਹੋਣ। ਜਿਹੜੀ ਆਪਾਂ ਇੱਥੇ ਵਿਚਾਰ ਕਰ ਰਹੇ ਹਾਂ, ਇਦੋਂ ਵਧੀਆ ਕਥਾ ਤੁਹਾਡੇ ਹਰ ਗੁਰਦੁਆਰੇ ਵਿੱਚ ਹੋਣੀ ਚਾਹੀਦੀ। ਆ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ, ਇਹ ਤੇ 1% ਹੈ, 100% ਇਦੋਂ ਵਧੀਆ ਕਥਾ ਤੇਰੇ ਪਿੰਡ 'ਚ ਹੋਣੀ ਚਾਹੀਦੀ ਹੈ। ਹਰ ਪਿੰਡ 'ਚ ਬੜੇ ਬੜੇ ਸਿਆਣੇ ਪੜ੍ਹੇ ਲਿਖੇ ਕਥਾ ਵਾਚਕ ਹੈ ਆ। ਜੇ 100 ਪਿੰਡ 200-200 ਰੁਪਈਆ ਮਹੀਨਾ ਦੇ ਦੇਵੇ, 100 ਪਰਿਵਾਰ ਪਿੰਡ 'ਚ 100 ਪਰਿਵਾਰ ਹੈ ਤੇ 200-200 ਰੁਪਈਆ ਮਹੀਨੇ ਦਾ ਕੱਢ ਲਓ, ਕਿੰਨੀ ਕੁ ਵੱਡੀ ਗੱਲ ਹੈ? ਬਿੱਲ ਵੀ ਆਈ ਜਾਂਦੇ ਨੇ ਵੱਡੇ ਵੱਡੇ, ਕਿੰਨਾ ਕੁਝ ਹੋ ਜਾਂਦਾ, ਬਿਮਾਰ ਵੀ ਬੰਦਾ ਹੁੰਦਾ ਹੀ ਹੈ। ਪਿੰਡ 'ਚ ਸਿਰਫ 100 ਘਰ ਲੈ ਵੀ 200 ਰੁਪਈਆ ਮਹੀਨੇ ਦਾ ਕੱਢਣਾ ਹੈ, ਗ੍ਰੰਥੀ ਉਹ ਰੱਖੋ 20,000 ਰੁਪਈਆ ਇੱਕ ਮਹੀਨੇ ਦਾ ਦੇਵਾਂਗੇ, ਵੀ ਆਹ ਚੱਕ ਬਾਬਾ 20,000 ਰੁਪਈਆ ਪੇੜੇ ਨਾ ਕਰਕੇ ਦੇਈ ਹੁਣ ਲੋਕਾਂ ਨੂੰ, ਹੁਣ ਤੂੰ ਨਾ ਬਸ ਵਧੀਆ ਪੜ੍ਹਾਇਆ ਨਾਲੇ ਰੋਜ਼ ਸਾਨੂੰ ਕਥਾ ਸੁਣਾਇਆ ਕਰ, ਅਸੀਂ ਵੀ ਆਵਾਂਗੇ, ਸਾਡੇ ਬੱਚਿਆਂ ਨੂੰ ਵੀ ਪੜ੍ਹਾਇਆ ਕਰ ਵਧੀਆ, ਸਾਡੇ ਨਿਆਣੇ ਵੀ ਪੜ੍ਹਨ, ਸਾਡੀਆਂ ਭੈਣਾਂ ਵੀ ਪੜ੍ਹਨ, ਆ ਕੇ ਕੱਲੀ ਕੱਲੀ ਗੱਲ ਸਾਨੂੰ ਗੁਰਮਤ ਦੀ ਸਮਝਾ ਦੇ। ਦੁਪਹਿਰੇ ਕਲਾਸਾਂ ਲੱਗਣ, ਸਵੇਰੇ ਕਥਾ ਹੋਵੇ, ਸ਼ਾਮ ਨੂੰ ਇਤਿਹਾਸ ਦੀ ਕਥਾ ਵਿਚਾਰ ਹੋਵੇ, ਗੁਰਬਾਣੀ ਦੀ ਵਿਚਾਰ ਹੋਵੇ, ਬਸ ਵੇਖੋ ਫਿਰ ਚੇਂਜ ਆਉਂਦੀ, ਸੁਧਾਰ ਹੋ ਸਕਦਾ ਹੈ।
ਕੁਛ ਨਾ ਕੁਛ ਬਦਲੋ ਆਪਾਂ ਤੇ ਲੰਘ ਗਿਆ ਜਿਹੜਾ ਸਮਾਂ ਤੁਹਾਡੇ ਨਿਆਣੇ ਪੜਨ ਅਕਲ ਲੈਣ ਉਹ ਤੇ ਬਾਹਰਲੇ ਦੇਸ਼ਾਂ ਨੂੰ ਤੁਰਨ ਵੀ ਆਸਟ੍ਰੇਲੀਆ ਪੜਨ ਚੱਲਿਆ ਕੋਈ ਕੈਨੇਡਾ ਪੜਨ ਚੱਲਿਆ ਕੋਈ ਅਮਰੀਕਾ ਪੜਨ ਚੱਲਿਆ ਸਾਰਿਆਂ ਨੇ ਅੱਗੇ ਤਰੱਕੀ ਕਰੋ ਆਪਾਂ ਨਿੱਕੇ ਨਿਆਣੇ ਜਦੋਂ ਇਦਾਂ ਵੇਖਦੇ ਆ ਨਾ ਆਪਣੇ ਘਰਾਂ ਦੇ ਵਿੱਚ ਗੱਲ ਚੱਲਦੀ ਹੈ ਵੀ ਭਾਈ ਸਾਡੇ ਘਰੇ ਤੇ ਨਾ ਕੁਝ ਕਰਾਇਆ ਹੋਇਆ ਵਾਧਾ ਹੈ ਹੀ ਨਹੀਂ ਇਦਾਂ ਦੀਆਂ ਗੱਲਾਂ ਸਾਡੇ ਤੇ ਵਾਧਾ ਹੈ ਹੀ ਨਹੀਂ ਜੀ ਕਿਸੇ ਨੇ ਬੰਨਿਆ ਹੋਇਆ ਹੈ ਕਿਸੇ ਨੇ ਕਰਾਇਆ ਹੋਇਆ ਹੈ ਤੇ ਨਿਆਣਾ ਵੀ ਤੁਹਾਡਾ ਕੋਲ ਹੀ ਖੜਾ ਹੁੰਦਾ ਪੋਤਾ ਬੱਚਾ ਅੱਛਾ ਸਾਡੇ ਕਰਾਇਆ ਹੋਇਆ ਕਿਤੇ ਹਾਂ ਫਿਰ ਜਦੋਂ ਨੰਬਰ ਉਹਦੇ ਘੱਟ ਆਉਂਦੇ ਨੇ ਵੀ ਤੇਰੇ ਪੜ੍ਹਾਈ 'ਚ ਨੰਬਰ ਕਿਉਂ ਘੱਟ ਹੈ ਉਹ ਕਹਿੰਦਾ ਲੈ ਕਰਾਇਆ ਤੇ ਹੋਇਆ ਨੰਬਰ ਕਿੱਥੋਂ ਆਉਣੇ ਸੀ ਲੈ ਕਰ ਲਓ ਗੱਲ ਤੇਰਾ ਵਹਿਮ ਅੱਗੇ ਚਲਿਆ ਗਿਆ ਤੇਰੇ ਦਿਮਾਗ ਦਾ ਗੰਦ ਤੇਰੇ ਨਿਆਣੇ 'ਚ ਚਲਿਆ ਗਿਆ ਲੈ ਹੁਣ ਹੁਣ ਕੱਢੋ ਜਿਹੜਾ ਤੂੰ ਬਕਵਾਸ ਕਰਦਾ ਸੀ ਉਹੀ ਨਿਆਣਾ ਲੱਗ ਪਿਆ ਕਰਨ ਜੇ ਤੂੰ ਸਿਆਣਾ ਹੁੰਦਾ ਵੀ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਕਾਕਾ ਪੜ ਲੈ ਤਕੜਾ ਹੋ ਕੇ ਕੋਈ ਐ ਕਿਹੜੀ ਚੜੇਲ ਫੜ ਲੂ ਤੈਨੂੰ ਤੂੰ ਚੱਲ 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 ਪੜ੍ਹਾਈ ਕਰ ਤਕੜਾ ਹੋ ਕੋਈ ਭੂਤ ਪ੍ਰੇਤ ਨਹੀਂ ਐ ਜੇ ਤੁਸੀਂ ਕਿਤੇ ਨਿਆਣਿਆਂ ਨੂੰ ਸਮਝਾਇਆ ਹੁੰਦਾ ਸਭ ਡਰ ਡੁਰ ਕੱਢ ਦਿੰਦੇ ਉਹਨਾਂ ਦੇ